ਪਿਛਲੇ ਦਿਨੀ ਗੜਸ਼ੰਕਰ ਦੇ ਪਿੰਡ ਪੈਂਸਰਾ 'ਚ ਨਾਰਕੋਟਿਕ ਸੈੱਲ ਹੁਸ਼ਿਆਰਪੁਰ ਦੀ ਟੀਮ ਵੱਲੋਂ ਪਿੰਡ ਦੇ ਬਹਾਦਰ ਸਿੰਘ ਨਾਮ ਦੇ ਇੱਕ ਪਿੰਡ ਵਾਸੀ ਦੀ ਦੁਕਾਨ 'ਤੇ ਛਾਪੇਮਾਰੀ ਕੀਤੀ ਗਈ ਸੀ। ਪਰ ਪਿੰਡ ਦੇ ਲੋਕਾਂ ਨੇ ਇਹ ਦੋਸ਼ ਲਾਇਆ ਸੀ ਕਿ ਉਲਟਾ ਮੁਲਾਜ਼ਮਾਂ ਵੱਲੋਂ ਧੱਕੇ ਨਾਲ ਨਸ਼ਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਕਰਕੇ ਪਿੰਡ ਵਾਸੀਆਂ ਵੱਲੋਂ ਹੰਗਾਮਾ ਖੜਾ ਕੀਤਾ ਗਿਆ ਸੀ ਅਤੇ ਉੱਚ ਅਧਿਕਾਰੀਆਂ ਦੀ ਦਖਲਅੰਦਾਜ਼ੀ ਤੋਂ ਬਾਅਦ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ ਸੀ। ਇਸੇ ਦੌਰਾਨ ਪੁਲਿਸ ਦੀ ਗੱਡੀ ਦੀ ਤਲਾਸ਼ੀ ਲੈਣ 'ਤੇ ਨਸ਼ਾ ਵੀ ਬਰਾਮਦ ਹੋਇਆ ਸੀ। ਇਸ ਤੋਂ ਬਾਅਦ ਵੱਖ ਵੱਖ ਸਿਆਸੀ ਪਾਰਟੀ ਦੇ ਨੇਤਾਵਾਂ ਵੱਲੋਂ ਇਸ ਗੱਲ ਦਾ ਜਾਇਜ਼ਾ ਵੀ ਲਿਆ ਗਿਆ। ਉੱਧਰ ਹੁਣ ਇਸ ਸਾਰੇ ਮਾਮਲੇ 'ਤੇ DSP ਗੜਸ਼ੰਕਰ ਸਤੀਸ਼ ਕੁਮਾਰ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਨਾਰਕੋਟਿਕ ਸੈੱਲ ਦੇ ਮੁਲਾਜ਼ਮਾਂ ਨੂੰ ਹੁਣ ਮੁਲਤਵ ਕਰ ਦਿੱਤਾ ਗਿਆ ਹੈ ਅਤੇ ਮੁਕੱਦਮਾ ਦਰਜ ਕਰਕੇ ਉਹਨਾਂ ਖਿਲਾਫ਼ ਬਣਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਉੱਧਰ ਪੈਂਸਰਾ ਪਿੰਡ ਵਾਸੀਆਂ ਨੇ ਕਾਰਵਾਈ ਹੋਣ ਤੋਂ ਬਾਅਦ ਪੰਜਾਬ ਪੁਲਿਸ ਅਤੇ ਪੰਜਾਬ ਕਾਂਗਰਸ ਪਾਰਟੀ ਦੇ ਸਪੋਕਸਪਰਸਨ ਨਿਮਸ਼ਾ ਮਹਿਤਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਹੈ। ਹਾਂਜੀ, ਅਸੀਂ ਜਦੋਂ ਇੱਥੇ ਆਏ ਤਾਂ ਇਹਨਾਂ ਨੇ ਕੋਈ ਪਰਚਾ ਦਰਜ ਨਹੀਂ ਕੀਤਾ। ਪੁਲਿਸ ਨੇ ਸਾਨੂੰ ਇੱਦਾਂ ਹੀ ਐਸ਼ਵਾਸ਼ਨ ਦੇ ਕੇ ਪਿੰਡ ਨੂੰ ਤੋਰਤਾ ਜੀ। ਅਤੇ ਉਸ ਤੋਂ ਬਾਅਦ ਮੈਡਮ ਨਿਮਿਸ਼ਾ ਮਹਿਤਾ, ਉਹਨਾਂ ਦਾ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਦੇ ਨਾਲ ਆ ਕੇ ਇਸ ਟਾਈਮ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਆ। ਔਰ ਇਹਨਾਂ ਦੇ ਕਹਿਣ 'ਤੇ ਪਰਚਾ ਦਰਜ ਹੋਇਆ ਜੀ ਉਹਨਾਂ ਮੁਲਾਜ਼ਮਾਂ 'ਤੇ, 6 ਮੁਲਾਜ਼ਮਾਂ 'ਤੇ। ਸਾਡੇ ਪਿੰਡ ਦਾ ਜਿਹੜਾ ਸ਼ਰਾਰਤੀ ਬੰਦਾ ਉਹ ਵੀ ਸਸਪੈਂਡ ਕਰਤਾ ਗਿਆ ਜੀ। ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਜੀ ਮੈਡਮ ਨਿਮਿਸ਼ਾ ਮਹਿਤਾ ਦੇ, ਜਿਨ੍ਹਾਂ ਨੇ ਸਾਡੇ ਨਾਲ ਇੰਨਾ ਸਹਿਯੋਗ ਦਿੱਤਾ ਜੀ। ਜਿਹੜੇ ਆਏ ਨਾ ਸਾਡੇ ਪਿੰਡ ਵਿੱਚ ਨਸ਼ਾ ਲੈ ਕੇ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ, ਬਸ ਸਜ਼ਾ ਮਿਲਣੀ ਚਾਹੀਦੀ ਆ। ਪਰਚੇ ਕੱਟ ਹੋਏ ਆ, ਪਰਚੇ ਕੱਟ ਹੁੰਦੇ ਆ, ਬਾਅਦ ਰਫਾ ਦਫਾ ਹੋ ਜਾਂਦੇ ਆ, ਰਫਾ ਦਫਾ ਤਾਂ ਹੋ ਜਾਂਦੇ ਆ, ਪਰ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ। ਅੱਜ ਸਾਡੇ ਦੁਕਾਨ 'ਤੇ ਆਏ ਆ, ਕੱਲ੍ਹ ਨੂੰ ਸਾਡੇ ਘਰ ਵੀ ਆ ਸਕਦੇ ਸੀ, ਉਹ ਘਰ ਵੀ ਆ ਸਕਦੇ ਸੀ। ਸਾਡੇ ਬੱਚਾ ਦੁਕਾਨ 'ਤੇ ਬੱਚਾ ਬੈਠਾ ਹੁੰਦਾ, ਸ਼ਾਮ ਨੂੰ ਜਿਹੜੀ ਵਾਰਦਾਤ ਹੋਈ ਆ, ਅੱਜ ਤੱਕ ਮੈਂ ਕਹਿੰਦੀ ਸਾਡਾ ਸਾਰਾ ਟੱਬਰ ਇੱਥੇ ਬੈਠਾ ਹੋਣਾ ਸੀਗਾ ਜੇ ਨਮਸ਼ਾ ਮਹਿਤਾ ਸਾਡਾ ਸਾਥ ਨਾ ਦਿੰਦੇ। ਸਰ, ਪੈਂਸਰਾ ਪਿੰਡ ਦਾ ਇੱਕ ਮਾਮਲਾ ਸਾਹਮਣੇ ਆਇਆ ਸੀ, ਕੀ ਸੀਗਾ ਤਾਂ ਕੀ ਐਕਸ਼ਨ ਲਿਆ ਗਿਆ? ਇਹ ਜੀ, ਪੈਂਸਰਾ ਪਿੰਡ ਦੇ ਵਿੱਚ ਸਾਡੀ ਪੁਲਿਸ ਪਾਰਟੀ ਨੇ ਰੇਡ ਕੀਤਾ ਸੀ ਜੀ। ਜੋ ਰੇਡ ਕੀਤਾ ਤਾਂ ਉੱਥੇ ਕੋਈ ਪਿੰਡ ਵਾਲਿਆਂ ਨੇ ਰੌਲਾ ਪਾਇਆ ਸੀ ਵੀ ਜਿਹੜੀ ਰੇਡ ਪਾਰਟੀ ਵੀ ਇਹਨਾਂ ਦੇ ਵੀ ਕੋਈ ਆਪ ਕੋਈ ਨਸ਼ੀਲਾ ਪਦਾਰਥ ਰੱਖਦੇ ਜੀ ਜਾਂ ਮੁਲਾਜ਼ਮਾਂ ਦੇ ਖਿਲਾਫ ਆਰੋਪ ਲਾਇਆ ਸੀ। ਅਸੀਂ ਉੱਥੇ ਪਿੰਡ ਦੇ ਵਿੱਚ ਗਏ, ਪਿੰਡ ਦੇ ਵਿੱਚ ਜਾ ਕੇ ਗੱਲਬਾਤ ਕੀਤੀ, ਦੇਖਿਆ ਤਾਂ ਉਸ ਤੋਂ ਬਾਅਦ ਅਸੀਂ ਮੁਕਦਮਾ ਦਰਜ ਮੁਲਾਜ਼ਮਾਂ 'ਤੇ ਕਰਤਾ ਜੀ। ਸਰ, ਜਿਹੜੀ ਰੇਡ ਪਾਰਟੀ ਰਾਤੀ ਗਈ ਸੀ ਉਹਦੀ ਗੱਡੀ ਦੇ ਵਿੱਚੋਂ ਵੀ ਚੂਰਾ ਪੋਸਤ ਸ਼ਰਾਬ ਵਗੈਰਾ ਬਰਾਮਦ ਹੋਈ ਜੀ, ਉੱਤੇ ਕੀ ਕਾਰਵਾਈ ਕੀਤੀ? ਉਹਦੇ ਮੁਕਦਮਾ ਦਰਜ ਕਰਤਾ ਜੀ। ਓਕੇ, ਥੈਂਕ ਯੂ। ਪੈਂਸਰੇ ਦੇ ਵਿੱਚ ਕੱਲ੍ਹ ਕੁਝ ਪੁਲਿਸ ਮੁਲਾਜ਼ਮ ਪਹੁੰਚੇ ਔਰ ਉਹਨਾਂ ਨੇ ਧੱਕੇ ਨਾਲ ਸਾਡੇ ਪੈਂਸਰੇ ਦੇ ਇੱਕ ਨਾਗਰਿਕ ਦੇ ਉੱਤੇ ਜਿਹੜਾ ਨਸ਼ਾ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਪਿੰਡ ਦੀ ਜਿਹੜੀ ਪੰਚਾਇਤ ਹੈ ਔਰ ਜਿਹੜੇ ਪਿੰਡ ਦੇ ਆਗੂ ਨੇ ਉਹਨਾਂ ਨੇ ਉਹਨਾਂ ਮੁਲਾਜ਼ਮਾਂ ਨੂੰ ਰੰਗੇ ਹੱਥੀ ਜਿਹੜਾ ਫੜ ਲਿਆ। ਔਰ ਉਸੇ ਵੇਲੇ ਮੈਨੂੰ ਸਰਪੰਚ ਸਾਹਿਬ ਨੇ ਫੋਨ ਕੀਤਾ ਔਰ ਮੈਂ ਨਾਲ ਹੀ ਉਸੇ ਵੇਲੇ SSP ਸਾਹਿਬ ਦੇ ਨਾਲ ਗੱਲ ਕੀਤੀ, ਉਹਨਾਂ ਨੇ DSP ਸਾਹਿਬ ਨੂੰ ਭੇਜਿਆ ਔਰ ਅੱਜ ਜਿਹੜੇ ਮੁਲਾਜ਼ਮ ਉੱਥੇ ਗਲਤ ਕਾਰਵਾਈ ਕਰਨ ਗਏ ਸੀ ਉਹਨਾਂ ਦੇ ਉੱਤੇ ਮੈਨੂੰ SSP ਸਾਹਿਬ ਨੇ ਇਹ ਵਿਸ਼ਵਾਸ ਦਿਵਾਇਆ ਹੈਗਾ ਕਿ ਉਹਨਾਂ ਨੇ ਪਰਚਾ ਦੇ ਦਿੱਤਾ ਹੈ ਔਰ ਨਾਲ ਦੀ ਨਾਲ ਜਿਹੜਾ ਸ਼ਰਾਰਤੀ ਅਨਸਰ ਇਹ ਸਾਰਾ ਖੇਡ ਖੇਡ ਰਿਹਾ ਸੀਗਾ, ਇਹਨਾਂ ਦੇ ਪਿੰਡ ਦਾ ਮੁਲਾਜ਼ਮ ਆ, ਉਹਨੂੰ ਸਸਪੈਂਡ ਵੀ ਕੀਤਾ ਗਿਆ ਹੈਗਾ ਔਰ ਮੈਂ ਸਮਝਦੀ ਹਾਂ ਇਹਦੇ ਵਿੱਚ ਬਹੁਤ ਵੱਡੀ ਜਿੱਤ ਹੈ ਪੈਂਸਰਾ ਵਾਸੀਆਂ ਦੀ। ਪਰ ਨਾਲ ਇੱਕ ਅਫਸੋਸ ਦੀ ਗੱਲ ਇਹ ਹੈ ਕਿ ਜਿਹੜੀ ਪੁਲਿਸ ਹੈ ਇਹ ਹਾਲੇ ਤੱਕ ਸੁਧਰੀ ਨਹੀਂ ਹੈ, ਬੜੇ ਦੁੱਖ ਦੀ ਗੱਲ ਹੈ। ਇਹਨਾਂ ਦੀਆਂ ਜੋ ਅਕਾਲੀ ਰਾਜ ਵੇਲੇ ਦੀਆਂ ਪੱਕੀਆਂ ਹੋਈਆਂ ਗੰਦੀਆਂ ਆਦਤਾਂ ਨੇ ਕਿ ਝੂਠੇ ਪਰਚੇ ਪਾ ਕੇ ਪੈਸਿਆਂ ਦੀ ਅਗਰਾਹੀ ਕਰਨਾ, ਉਹ ਹਾਲੇ ਤੱਕ ਇਹਦਾ ਮਤਲਬ ਕਰਤੂਤਾਂ ਇਹਨਾਂ ਦੀਆਂ ਬੰਦ ਨਹੀਂ ਹੋਈਆਂ। ਹੁਸ਼ਿਆਰਪੁਰ ਤੋਂ ਯੋਗੇਸ਼ ਬਹਿਲ ਦੀ ਰਿਪੋਰਟ, ਪੰਜਾਬ ਟੂਡੇ।